अल्लाह जाने हुण इहने की करना है। इहनू इतनी हया नहीं भई मैं उहनां कोल पैसे लै लवां जां मैं उहनां नूं आखां भई तुसीं मैनूं भी लै जाओ। ओह हुण दूसरी वारी मुड़ आज वग जासी, मुड़ बैठा सी इहनूं लग सुर जासी। इहनूं इतनी हया नहीं भई मैं ओ कैनूं हया नहीं की आंदी बैठी। तैनूं हया कोई नहीं, तैनूं पता आज शौकी नूं मुड़ वग जावणा, आज उहदी टिकट है। ते टिकट ते मुड़ की है, पैसे तो है जिहड़े तूं खवाई बैठा है, कहिड़ी शनल जासे हुण। मां जिहड़े पैसे खवाए ना मैं जाया नहीं होवण देंदा, मैं बाहर तैनूं जा के भी खाईसां। ते कह नाल जासे छणकणा मारी मुकरे मैं वीजा नहीं देंदा। कुछ उजाड़ा हो गया। गैर है मेरे ताए दा पोतर है। तू मेरा देवर है ना, ते इवें नाल रल जम्मा जिवें बिरात निक्के देवर पोतर हुंदे ने। मैं तैनूं चेंदी पटदी नहीं आ, मैं तैनूं हक दी गल करदी पई आ। ओ सड़दे नहीं चाचा चूचा कोई नहीं, शरीका है आपणा। सुणदा पिया ना, जरा गौर रख। जिहड़े आ मकान शिकान आपां गत्ती बैठे आ ना, उहनां नूं अग्गी लगियां खड़ोतियां। हुण आंदा किहड़ा वेला होवे ते मैं बाहर जावां। उहनूं खट्टा तेरा वीजा आवे ते तैनूं बाल मशूम बाहर लै के जावे। उहनां नूं तां हलका वड्डी खड़ा। मैं उहनूं बाहर किवें लै के जावां? अग्गू इक तां कम्म दी नहीं चाल भी बंदे, दूआ इह जा ते कोई बस नहीं है। वीजा सिर्फ मेरे नां दा लग्गा होया ते मैं बाहर जा सकदा, उह नहीं जा सकदा जिन्नी कोशिश मर्जी कर लवे। ਉਹ ਇਤਨੀ ਗੱਲ ਮੈਨੂੰ ਤਾਂ ਪਤਾ ਹੈ, ਉਸ ਉੱਲੂ ਨੂੰ ਕਿਹਾ ਪਤਾ ਨਾ, ਉਸ ਤੋਂ ਡਾਕਟਰੀਆਂ ਕਰਾਈਆਂ। ਆਂਦਾ ਮੈਨੂੰ ਐਵੇਂ ਬਾਹਰ ਲੈ ਚਲੋ, ਜਿਹੜੀ ਉਹਦੇ ਰਨ ਨੇ ਨਾ ਫੈਸ਼ਨ ਅਗਰ ਤੱਕ ਮੁੱਕੇ ਪਏ ਸੋ, ਉਹ ਤਾਂ ਹੀ ਉਹਨਾਂ ਦੀ ਮੇਰਾ ਸਾਈਂ ਬਾਹਰ ਜਾਵੇ, ਰੁਪਈਏ ਬੁਲਾਵੇ ਤੇ ਮੈਂ ਫੈਸ਼ਨ ਕਰਾਂ। ਫੈਸ਼ਨ ਨਾ ਸਾਨੂੰ ਲਾ ਦੇ, ਸਾਈਂ ਲਾ ਦਿਓ ਤੇ ਲੈ ਦੇ। ਬਸ ਆਂਦੇ ਬਾਹਰ ਜਾਵੇ ਹੁਣ ਕਿਵੇਂ ਬਾਹਰ ਇਹਨੂੰ ਖਲੀਏ? ਇਹ ਬਸ ਉਹ ਕਹਨੇ ਜਵਿੰਦਾ, ਇਹ ਸਾਈਂ ਵਾਲੂ ਦੌਰ ਜਾਣਾ ਨਹੀਂ ਹੈ, ਇਹ ਇਹ ਤੂੰ ਪਾਕਿਸਤਾਨ ਤੋਂ ਬਾਹਰ ਜਾਣਾ ਹੈ ਸਾਊਦੀ ਅਰਬ। मेरे जी बतरीए दी समाणी है, मैं ओदे मुंह ते मारा ते कोल बात ऐ चुधराट पाणा ते
ਬੈਠੇ ਹੋਏ ਹਾਂ ਹਲੇ ਪਿਆਂ ਦਾ ਕੁਛ ਨਹੀਂ ਉਹਨਾਂ ਆਖਿਆ ਉਹ ਚਲੋ ਤੂੰ ਹੌਸਲਾ ਕਰ ਮੈਂ ਕਰ ਲੈਂਦਾ ਉਹਨਾਂ ਨਾਲ ਐਡਾ ਨਾ ਇੱਥੇ ਗੱਜ ਤਾਵਲੀ ਓਕਲੋ ਤਾਵਲੀ ਓਕਲੋ ਕੋ ਡਰ ਹੋਸੀ ਤੇ ਤੁਹਾਨੂੰ ਹੋਸੀ ਮੈਨੂੰ ਤੁਹਾਡੇ ਖਾਨਦਾਨ ਦਾ ਡਰ ਕੋਈ ਨਹੀਂ ਨੇ ਪਰ ਜਾਇ ਥੋੜੀ ਮੱਠੀ ਹੋ ਜਾਣੇ ਮੋੜੀ ਸਾਡਾ ਵੱਡਾ ਚਾਚਾ ਬੜਾ ਯਾ ਵੱਡਾ ਚਾਚਾ ਸਾਡੀ ਆ ਨਹੀਂ ਡਾਈ ਖਲੋਤਾ ਹਲੇ ਇੱਥੇ ਵੱਡਾ ਚਾਚਾ ਹੈ ਭਾਈ ਮੋੜ ਤੁਸੀਂ ਚਾਚੇ ਤੇ ਵਿਰਾਗੀ ਵੀ ਨਾ ਤਾਂ ਮੈਂ ਜਾਂਦੀ ਗੱਲ ਵੇਖੀ ਨਾ ਤੇ ਮੋੜ ਮੈਂ ਆਦੀ ਮਰਜ਼ੀ ਕਰ ਸਾਂ ਨਹੀਂ ਤੂੰ ਮਰਜ਼ੀ ਨਾ ਕਰ ਗੁੱਸੇ ਨੂੰ ਜਾਵਣ ਦੇ ਪਰ ਗੁੱਸੇ ਨੂੰ ਜਾਵਣ ਦੇ ਪਰ ਤੁਸੀਂ ਇਹ ਗੱਲ ਕਰ ਕਰ ਤੁਹਾਨੂੰ ਨੂੰ ਸਿਰੇ ਚੜਾਈ ਜਾਂਦੇ ਹੀ ਨੇ ਉਹ ਨਹੀਂ ਸਿਰੇ ਚੜਾਈ ਨੇ ਆਇਆ ਹੁਣ ਕੋਈ ਸਬਰ ਹੀ ਕਰ ਲੈ ਸਬਰ ਹੀ ਕਰ ਲੈ ਨਹੀਂ ਤਾਂ ਨਾ ਤੁਹਾਡੀ ਸਮਝ ਆਉਂਦੀ ਨਾ ਉਹਨਾਂ ਆਉਂਦੀ ਅੱਲਾ ਜਾਣੇ ਕਿਸ ਤਰ੍ਹਾਂ ਸਮਝ ਆਉਂਦੀ ਤੇ ਤੁਹਾਨੂੰ ਕਿਸ ਤਰ੍ਹਾਂ ਨਹੀਂ ਆਉਂਦੀ ਮੈਂ ਤਾਂ ਤੁਹਾਡੀ ਨਹੀਂ ਸਮਝ ਆਉਂਦੀ ਪਈ ਹੈ ਹੁਣ ਉਹ ਆ ਗਏ ਨਾ ਮੈਨੂੰ ਉਮੀਦ ਹੈ ਉਹ ਸੰਜਣਾ ਉਹ ਤਾਂ ਗੁੜਾ ਤਰ੍ਹਾਂ ਹਿਰਕ ਦੇ ਉਹ ਜਿਹੜਾ ਤੰਦੋਲ ਪੈ ਜਾ ਮੈਂ ਜਾ ਅੱਛਾ ਮੈਂ ਜਹਾਜ਼ ਵਿੱਚ ਬਾਸਾਂ ਔਰ ਬਾਇਆ ਇਹਨੂੰ ਮੈਂ ਜਹਾਜ਼ ਵਿੱਚ ਬਾਹਾਂ ਇਹਨੂੰ ਮੈਂ ਖੋਤੀ ਰੇੜੀ ਤਾਂ ਨਾ ਬਹਾਵਾਂ ਜਹਾਜ਼ਾਂ ਚ ਬਾਂਦਾ ਤੇ ਲੋਟ ਪੱਦ ਦੇ ਜੱਫੇ ਮਰੇਂਦੇ ਉਹ ਵੀਜ਼ਾ ਲੱਭ ਸੀ ਤੇ ਬਾਹਰ ਜਾ ਸੀ ਨਾ ਐਵੇਂ ਕਿਵੇਂ ਉੱਥੇ ਹਣਕੀ ਜਾਂਦੇ ਅੱਖੇ ਮੈਂ ਇਹ ਦੇ ਵੀਜ਼ੇ ਤੇ ਜਾਸਾਂ ਓਏ ਹੋਏ ਹੋਏ ਇਹੀ ਹਲਕਾ ਹੋਇਆ ਕਿ ਤਾਂ ਵੀ ਤੇਰੇ ਵੀਜ਼ੇ ਤੇ ਉਹ ਜਾ ਸਕਦਾ ਇਵੇਂ ਕਿਵੇਂ ਹੋ ਸਕਦਾ ਉਹ ਇਹਦੇ ਵੀਜ਼ੇ ਤੇ ਕਿਵੇਂ ਜਾ ਸਕਦਾ ਆਜੋ ਮੈਂ ਉਹਨਾਂ ਨਾਲ ਗੱਲ ਕਰਦਾ ਜਲਦੀ ਹਾਂ ਮੈਂ ਤੁਹਾਡੇ ਨਾਲ ਪਰ ਇੱਕ ਗੱਲ ਮੇਰੀ ਕੰਨ ਖੋਲ ਕੇ ਸੁਣ ਲਓ ਜੇ ਉਸ ਰਾਤ ਨੂੰ ਉੱਥੇ ਮੇਰੇ ਨਾਲ ਜ਼ਬਾਨ ਮਾਰੀ ਤੇ ਮੈਂ ਮਾਫੀ ਕੋਈ ਨਹੀਂ ਦੇਵਣੀ ਨੇ ਤੁਸੀਂ ਦੋਹਾਂ ਜਿਹੜੇ ਮੇਰੇ ਵਾਲ ਦੀ ਗੱਲ ਨਾ ਕੀਤੀ ਤੇ ਮੈਂ ਉਥੋਂ ਸਿੱਧਾ ਪੇਕੇ ਦਿਮਾਗ ਜਾਸਾਂ ਤੇ ਮੇਰਾ ਵਿਰਾ ਭੈਣ ਦੇ ਰਿਸ਼ਤੇ ਵਾਲੇ ਮੁਰਦੇ ਨੂੰ ਮੇਰੇ ਲਈ ਜਵਾਬ ਹੈ ਐਵੇਂ ਜ਼ਬਾਨ ਮਾਰਦੀ ਮੈਨੂੰ ਥੱਲਾਂ ਤੇ ਬੜਾ ਵਾਲ ਲੰਦਾ ਉਹ ਤੁਸੀਂ ਨਾ ਬੋਲਿਆ ਤੇ ਹੁਣ ਮੈਂ ਤੁਹਾਡੇ ਨਾਲ ਗੱਲ ਉਹ ਆ ਗਿਆ ਮੇਰੇ ਨਾਲ अच्छी जी कंपनी दा वीजा गलाई सी ते मोड़ आपां इहनूं बाहर गला दिसा ओ ना मेरा पोत्र मैं कह रजील नहीं जांदा मैं पैसे तुहानूं दित्ते ने ਤੇ ਪੁੱਤਰ ਮੇਰੇ ਨੂੰ ਨਾਲ ਲੈ ਕੇ ਜਾਵੇ ਉਹ ਚਾਚਾ ਰਜ਼ੀਲ ਨਹੀਂ ਹੁੰਦਾ ਕਫੀਲ ਹੁੰਦਾ ਹੈ ਉਹ ਜੇ ਬਲਾਈ ਹੈ ਨਾ ਪੈਸੇ ਤੁਸੀਂ ਲੈ ਤੇ ਮੇਰੇ ਪੁੱਤਰ ਨੂੰ ਤੁਸੀਂ ਨਾਲ ਲੈ ਕੇ ਜਾਓ 6 ਮਹੀਨੇ ਹੋ ਗਏ ਤੁਹਾਡਾ ਲਾਰੇ ਤੁਲਾਰਾ ਦੰਮੀ ਵੀਜ਼ਾ ਦੇ ਸਾਂ ਪਰਸੂ ਦੇ ਸਾਂ ਪਹਿਲੇ ਦੇ ਸਾਂ ਵੀਜ਼ਾ ਦੇਉ ਕਦੋਂ ਤੁਸੀਂ ਮੈਨੂੰ ਇਹ ਦੱਸੋ ਯਾਰ ਤੇਰੇ ਨਾਲ ਇਹ ਗੱਲ ਮੈਂ ਕਦੋਂ ਕੀਤੀ ਭਾਈ ਤੈਨੂੰ ਅੱਜ ਲਾ ਜਾਣਾ ਜਾਂ ਦੰਮੀ ਲਾ ਜਾਣਾ ਤੇਰੇ ਸਾਹਮਣੇ ਮੈਂ ਇੱਥੇ ਛੁੱਟੀ ਆਇਆ ਵਨਾ ਹੁਣ ਮੈਂ ਪਿਛਾ ਵਾਪਸ ਜਾ ਸਕਦਾ ਉਹਨਾਂ ਨਾਲ ਤੇਰੇ ਵੀਜ਼ੇ ਦੀ ਗੱਲ ਕਰਸਾਂ ਤੇਰਾ ਦਿਲ ਹੋਵੇ ਨਾ ਵੀਜ਼ਾ ਬਣਵਾਉਣ ਤੇ ਇਹ ਡੰਡੇ ਚ ਬਣ ਸਕਦਾ ਤੂੰ ਲਾਰੇ ਤੁਲਾਰਾ ਲਾਈ ਜਾਣਾ ਓ ਭਾਈ ਜਾਨ ਇਹ ਵੀਜ਼ਾ ਬੰਨਾ ਕੋਈ ਬੱਸ ਦੀ ਟਿਕਟ ਨਹੀਂ ਜਿਹੜੀ 2 ਮਿੰਟਾਂ 'ਚ ਦੇ ਦਿੰਦੇ ਓ ਤੇਰੇ ਵਾਸਤੇ ਤੇ ਬੱਸ ਦੀ ਟਿਕਟ ਤੂੰ ਤਾਂ ਬੇਤੀ ਹੋਇਆ ਖਲਾ ਬੇਤੀ ਹੋਇਆ ਖਲਾ ਤਾਂ ਮੈਨੂੰ ਪਤਾ ਹੈ ਵੀ ਇਹਨਾਂ ਚੀਜ਼ਾਂ ਤੇ ਟਾਈਮ ਲੱਗਦਾ ਤੂੰ ਤਾਂ ਜਾਨਵਰ ਹੈ ਤੈਨੂੰ ਤਾਂ ਪਤਾ ਹੀ ਕੋਈ ਨਹੀਂ ਵੇ ਜਾਨਵਰ ਕਿਹਨੂੰ ਸੱਦੀ ਜਾਣਾ ਤੁਸੀਂ ਨਹੀਂ ਬੋਲਦੇ ਪਏ ਤੁਹਾਡੇ ਵਿੱਚ ਆ ਬੋਲਦੀ ਪਈਏ ਓ ਮੈਂ ਬੋਲਦੀ ਜਾਣਾ ਇਹ ਕਿਦੋਂ ਬੋਲਦੀ ਪਈਏ ਮੈਂ ਵੇਖੀ ਖਲੀ ਆ ਬਈ ਜਿਹੜੀ ਆ ਬੋਲਦੀ ਪਈ ਆ ਤੁਸੀਂ ਬੋਲਦੇ ਪਏ ਹੋ ਤੋ ਮੈਨੂੰ ਵੀਜ਼ਾ ਕਦੋਂ ਦਾ ਦੇ ਛੱਡਣਾ ਜਦੋਂ ਦੀ ਵਿੱਚ ਆਇਆ ਇਹ ਨਾ ਸ਼ੈਤਾਨ ਔਰਤ ਉਦੋਂ ਦੇ ਆਪਣੇ ਫੋਟੇ ਪਾਏਗਾ ਓ ਯਾਰ ਇਹਦਾ ਕੀ ਕਸੂਰ ਹੈ ਮੈਂ ਸ਼ੈਤਾਨ ਨਹੀਂ ਆ ਸ਼ੈਤਾਨ ਹੋਵੇਂ ਤੇਰੀਆਂ ਅਗਲੀਆਂ ਪਿਛਲੀਆਂ ਸ਼ੈਤਾਨ ਹੋਵੇਂ ਤੇਰਾ ਪੂਰਾ ਖਾਨਦਾਨ ਸੱਤੇ ਪੀੜੀਆਂ ਤੇਰਾ ਖਾਨਦਾਨ ਕਿਦਾਂ ਫੋਟ ਆ ਗਿਆ ਲੜ ਗਿਆ ਕਿਦਾਂ ਹੀ ਤੇਰੇ ਨਾਲ ਤਾਂ ਬੇਲਬਾਗ ਲਗਾਮੀ ਆ ਮੇਰੀ ਜ਼ਬਾਨ ਹੀ ਨਹੀਂ ਹੈ ਮੈਂ ਤੇਰੇ ਨਾਲ ਜ਼ਬਾਨ ਲਾਣਾ ਵੀ ਨਹੀਂ ਚਾਹੁੰਦੀ ਤੂੰ ਤਾਂ ਹੈ ਕੋਈ ਭੋਰੀ ਸਾਡੇ ਜਿਹੜੇ ਦੇਣ ਦੀ ਕੜਮੀ ਸਾਡੇ ਬੂਵੇ ਤੇ ਆਈ ਹੈ ਨਾ ਮੇਰੇ ਪਿਤਰੇ ਇਹਨਾਂ ਨੂੰ ਤਾਂ ਤੂੰ ਆਪਸ ਵਿੱਚ ਲੜਾ ਲੜਾ ਤੇ ਤੂੰ ਆਪਾਂ ਨਾਲ ਚੱਲ ਆਉਂਦੇ ਤੇ ਨਾ ਬੜੇ ਤੇ मेरी नहीं लम्मी तेरी सबानी जबान लम्मी है खावे मेरा प्यो लग गया तू अजीब गल करता पे जादेव को बस थोड़ी है अपनी जगह वीजा मेरे नाम का बने हुआ पासपोर्ट ही मेरे नाम का बने हुआ मैं आपका बनवाना इनका क्या कहना बनवाना हूं मैं जैसा तो इनका बनवाई सा पैसे साडे को लेने तो बनवाया आपने ला ले तो चाचा ओनु जावण तो दियो बाहर ओ जासी तो वीजा खलाई सी ते जासी एवे इथे रेड छिक ते अगे किदे वधा रिया अगे इथा नहीं वधा रिया अगे बाहर नहीं रहा है किसे चगल टबर नाल मेरा वाह प्यार वाह अखलन ते बच्चा मोय दा
जल्दी कर। हो गई यार। जा जा दिखावे ला।
ਭੀੜ ਭਰੀ ਖੋਤੀ ਇਹਨਾਂ ਨੂੰ ਅਸੀਂ ਹਲਕੇ ਹੋਏ ਖੋਤੇ ਦੁਆ ਨਹੀਂ ਪਿਆ ਮੰਗ ਧਾੜਾ ਕਰਦਾ ਵੀ ਮੇਰਾ ਭਤਰੀਆ ਖੈਰੀ ਸਲਾਮਤੀ ਜਾਵੇ ਤੁਹਾਡੇ ਵੀਜ਼ਾ ਆ ਹੀ ਜਾਵਣਾ ਆਉਂਦਾ ਮੈਂ ਇਸ ਖੋਤੇ ਨੂੰ ਖਲਾ ਲਵਾਂ ਭੈਣੇ ਮੇਰਾ ਖੋਤਾ ਬਾਹਰ ਵਗ ਜਾਵੇ ਮੁੜ ਇਹ ਜਾਵੇ ਖੋਤੇ ਨੂੰ ਭਲੇ ਸੰਭਾਲ ਕੇ ਸਹੀ ਅਲੇ ਤੁਬੇ ਉਹਨੂੰ ਨਹੀਂ ਆਉਂਦੀ ਤੇ ਉਹ ਬਾਹਰ ਵੇਖਦਾ ਊਂ ਇਹਨੂੰ ਬਾਹਰ ਵਾਲੇ ਵੇਖ ਡਰ ਜਾ ਸਮਝਿਆ ਘੋੜਾ ਕਿਤੇ ਆਇਆ ਖਲੋਤਾ ਤੋਰੇ ਮੈਂ ਮੁੜ ਹਲਕਿਆਂ ਤੇ ਪੰਨੇ ਆ ਅੱਛਾ ਬਾ ਦੁਆ ਕਰੇ ਖੋਤਰ ਘਬਰਾਉਣਾ ਨਹੀਂ ਮੇਰੀ ਇਹ ਦੁਆਈ ਤੇਰੇ ਨਾਲ ਹੈ ਚਲੋ ਕੋਈ ਗੱਲ ਨੀ ਦੋ ਹਫ਼ਤੇ ਤੋਂ ਬਾਅਦ ਮੋੜ ਬਾਅਦ ਚਲ ਸਾਂ ਹੈ ਹਾਂ